पटियाला की फोकल पॉइंट के एक फैक्ट्री नूं अग लग चुकी है। तस्वीर तुहानूं मैं दिखा रहा कि यह भी मार्केटिंग की जिहड़ी तस्वीर है। फायर ब्रिगेड दीआं गड्डियां खड़ी हुई ने, तस्वीर तुसीं देख रहे हो किस तरह नाल जिहड़ी कि बहुत भयानक जिहड़ी अग लगी है। समान जिहड़ा है वह सारा सड़ के सुआह हो चुका है। तस्वीर तुहानूं मैं पहले बाहर तों दिखा देना, तस्वीर देख रहे हो कि समान जिहड़ा है बाहर जिहड़े क्योंकि कंधां नूं जिहड़े स्टिकर लगाने वाले होंगे, कंध वॉल पेनिंग होंगी है वो सारी सड़ के ही सुआह हो चुकी है। फैक्ट्री के अंदर का तुहानूं दृश्य भी दिखा देना, तुसीं तस्वीर देख रहे हो कि किस तरह नाल जिहड़ी कि अग लगी हुई है। पूरा जो पूरा समान सड़ के सुआह। फायर ब्रिगेड के कर्मचारी साढ़े नाल मौजूद ने, गलबात कर लेने। सर फैक्ट्री के विच अग लग चुकी है, काफ़ी ज़्यादा नुकसान होया लग रहा है। सारी फैक्ट्री डैमेज हो गई है जी, यह ठीक है ना। अग बहुत ज़्यादा सी, ईवन तक कि जो शैड हैगा सारा ही मेल्ट हो गया, नीचे गिर गया, अग बिच दबी हुई हैगी है। धुआं बहुत ज़्यादा हैगा, लगे हुए साढ़े सारे सारे कर्मचारी अग बजे की घटना है। कि फायर ब्रिगेड की अपनी गड्डिया रात 1:30 बजे की घटना हैगी है जी। यह रात 1:30 बजे अग लगी है जी। यह मौके के उत्ते 3 गड्डिया अपनी शहर दियाँ सारी ही गड्डिया टर्न आउट करती है, इवन तक कि राजपुरा, नाभा, गोबिंदगढ़, समाणा सारी ही गड्डिया उरे बुला ली सी मौके के उत्ते। समान की से फैक्ट्री के सर? प्लाईवुड की फैक्ट्री हैगी, प्लाई लगी, प्लाई का समान हैगा ये अंदर, तो सारा इन्हों का ही है नवा सारा समान। ये सीटा है इन्हों की फाइबर वगैरह की जी, अजकल डेकोरेशन वास्ते लोग ड्रैंग रूम लगा रहे हैं। ਅੱਗ ਕੰਟਰੋਲ ਹੈ ਪੂਰੀ ਤਰ੍ਹਾਂ। ਤੁਹਾਨੂੰ ਦੱਸਦਾ ਅੱਗ ਕੰਟਰੋਲ ਹੈ, ਪਰ ਧੂੰਆਂ ਉਸੇ ਤਰ੍ਹਾਂ ਕਿਉਂਕਿ ਸ਼ੈੱਡ ਜਿਹੜਾ ਹੈ ਫਾਇਰ ਬ੍ਰਿਗੇਡ ਦੇ ਕਰਮਚਾਰੀ ਦਾ ਕਹਿਣਾ ਕਿ ਸ਼ੈੱਡ ਜਿਹੜਾ ਹੈ ਉਹ ਗਿਰ ਚੁੱਕਿਆ। ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਜਿਹੜੀ ਭਿਆਨਕ ਜਿਹੜੀ ਆ ਅੱਗ ਲੱਗੀ ਹੈ, ਅਤੇ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਫਾਈਬਰ ਦਾ ਜਿਹੜਾ ਸਮਾਨ ਹੈ ਉਹ ਸੜ ਕੇ ਬਿਲਕੁਲ ਹੀ ਸਵਾਹ ਹੋ ਗਿਆ, ਧੂੰਆਂ ਹਜੇ ਤੱਕ ਵੀ ਨਿਕਲ ਰਿਹਾ। ਤਸਵੀਰ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਨਾਲ ਭਿਆਨਕ ਅੱਗ ਲੱਗੀ ਹੋਈ ਹੈ, ਸਾਰੇ ਸ਼ੈੱਡ ਜਿਹੜਾ ਉਹ ਗਿਰਿਆ ਹੋਇਆ ਨਜ਼ਰ ਆ ਰਿਹਾ ਹੈ, ਸਮਾਨ ਜਿਹੜਾ ਸੜ ਕੇ ਸਵਾਹ ਹੋਇਆ ਪਿਆ ਹੈ। ਪਲਾਈ ਦੀ ਪਲਾਈ ਚਾਹੇ ਹੋਵੇ ਜਾਂ ਪਲਾਈਵੁੱਡ ਦਾ ਸਮਾਨ ਜਿਹੜਾ ਹੋਵੇ ਜਾਂ ਵਾਲ ਪੈਨਲਿੰਗ ਵਗੈਰਾ ਸਮਾਨ ਜਿਹੜਾ ਹੈਗਾ ਸਾਰਾ ਸਵਾਹ। ਅੱਗ ਹਜੇ ਵੀ ਤੁਹਾਡੇ ਸਾਹਮਣੇ ਉਹ ਲੱਗੀ ਹੋਈ ਨਜ਼ਰ ਆ ਰਹੀ ਹੈ। ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਅੱਗ ਲੱਗੀ ਹੋਈ ਹੈ। ਇੰਸ਼ੋਰੈਂਸ ਕੰਪਨੀ ਵਾਲੇ ਵੀ ਪਹੁੰਚ ਚੁੱਕੇ ਨੇ, ਮਾਲਕ ਵੀ ਪਹੁੰਚੇ ਹੋਏ ਨੇ, ਦੇਖ ਰਹੇ ਕਿਉਂਕਿ ਕਾਫੀ ਜ਼ਿਆਦਾ ਭਾਜੀ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਤੇ ਰਿਹਾ ਜੀ? 100% ਹੀ ਲਾਸ ਹੈ ਜੀ, ਜਿੰਨਾ ਸਮਾਨ ਸਟਾਕ ਸੀ ਸੋ ਸਾਹਿਬ ਜ਼ੀਰੋ। ਕਾਰਨ ਪਤਾ ਲੱਗਿਆ ਕਿ ਕਿਸ ਤਰ੍ਹਾਂ ਨਾਲ? ਦੇਖੋ ਜੀ ਫਾਈਨ ਕਰਾਂਗੇ ਜੀ, ਚੱਲ ਰਹੀ ਹੈ ਇਨਸਪੈਕਸ਼ਨ, ਦੇਖ ਰਹੇ ਹਾਂ ਵੀ ਕਿਉਂ ਹੋਇਆ ਕੀ ਹੋਇਆ, ਅਜੇ ਕੁਝ ਪਤਾ ਨਹੀਂ ਲੱਗਿਆ। ਇੰਸ਼ੋਰੈਂਸ ਵਾਲੇ ਆਏ ਨੇ ਪਹੁੰਚੇ ਨੇ? ਹਾਂਜੀ ਆਏ ਹੋਏ ਨੇ ਜੀ, ਸਰਵੇਅਰ ਕਰ ਰਹੇ ਨੇ ਜੀ ਆਪਣਾ ਕੰਮ। ਇੰਸ਼ੋਰੈਂਸ ਵਾਲੇ ਵੀ ਪਹੁੰਚੇ ਹੋਏ ਨੇ ਸਰ, ਕਿੰਨਾ ਕੁ ਨੁਕਸਾਨ ਹੋ ਗਿਆ ਸਾਰੇ? ਹਾਲੇ ਰਿਕਾਰਡ ਵਗੈਰਾ ਵੈਰੀਫਾਈ ਕਰਕੇ ਫੇਰ ਹੀ ਦੱਸਿਆ ਜਾਏਗਾ। ਤਕਰੀਬਨ ਪੂਰੀ ਫੈਕਟਰੀ ਅੱਗ ਲੱਗੀ, ਪੂਰੀ ਫੈਕਟਰੀ ਅੱਗ ਲੱਗੀ, ਇਸ ਤਰ੍ਹਾਂ ਹੀ ਜਾਪਦਾ ਹੈ ਕਿ ਪੂਰੀ ਫੈਕਟਰੀ ਅੱਗ ਲੱਗੀ ਹੋਈ ਹੈ। ਤੁਸੀਂ ਦੇਖ ਰਹੇ ਹੋ ਕਿ ਪੂਰੀ ਫੈਕਟਰੀ ਨੂੰ ਜਿਹੜੀ ਅੱਗ ਲੱਗੀ ਹੋਈ ਹੈ, ਫਾਇਰ ਬ੍ਰਿਗੇਡ ਦੇ ਕਰਮਚਾਰੀ ਹਜੇ ਵੀ ਲੱਗੇ ਹੋਏ ਨੇ ਕਿਉਂਕਿ ਪਲਾਈ ਦਾ ਜਿਹੜਾ ਕੰਧਾਂ ਨੂੰ ਸਜਾਵਟ ਜਾਂ ਮਕਾ ਘਰ ਦੇ ਅੰਦਰ ਜਿਹੜੀ ਸਜਾਵਟ ਦਾ ਕੰਮ ਹੈ ਉਸ ਨੂੰ ਲੈ ਕੇ ਜਿਹੜੀ ਹੈ ਇਹ ਫੈਕਟਰੀ ਸੀ, ਅਤੇ ਉਹਦੇ ਵਿੱਚ ਭਿਆਨਕ ਅੱਗ ਲੱਗੀ ਹੋਈ ਹੈ। ਤਕਰੀਬਨ ਸਾਰਾ ਜਿਹੜਾ ਹੈਗਾ ਸੜ ਕੇ ਤੁਸੀਂ ਦੇਖ ਰਹੇ ਹੋ ਕਿ ਸਾਰਾ ਸਵਾਹ ਹੋ ਗਿਆ ਹੈ, ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਹਜੇ ਵੀ ਅੱਗ ਬੁਝਾਉਣ 'ਤੇ ਲੱਗੇ ਹੋਏ ਕਿਉਂਕਿ ਰਾਤ ਦੇ 8 ਵਜੇ 1:30 ਵਜੇ ਦੀ ਜਿਹੜੀ ਹੈਗੀ ਹੈ ਘਟਨਾ ਹੈ। ਰਾਤ ਨੂੰ ਕਿਸੇ ਨੂੰ ਵੀ ਨਹੀਂ ਪਤਾ ਲੱਗਿਆ ਹੈਗਾ ਅਚਾਨਕ ਹੀ ਜਿਹੜੀ ਅੱਗ ਲੱਗੀ, ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਹਜੇ ਵੀ ਅੱਗ ਬੁਝਾਉਣ 'ਤੇ ਉੱਪਰ ਲੱਗੇ ਹੋਏ ਨੇ, ਧੂੰਆਂ ਹੀ ਧੂੰਆਂ ਹੋਇਆ ਪਿਆ, ਪਰ ਅੱਗ ਕਿਤੇ ਕਿਤੇ ਹਜੇ ਵੀ ਲੱਗੀ ਹੋਈ ਨਜ਼ਰ ਆ ਰਹੀ ਹੈ। ਪੂਰੀ ਫੈਕਟਰੀ ਜਿਹੜੀ ਹੈਗੀ ਹੈ ਤਕਰੀਬਨ ਸੜ ਕੇ ਸਵਾਹ ਹੋ ਗਿਆ। ਇੰਸ਼ੋਰੈਂਸ ਕੰਪਨੀ ਦਾ ਕਹਿਣਾ ਕਿ ਅਸੀਂ ਦੇਖ ਰਹੇ ਹਾਂ ਕਿ ਜਾਂਚ ਪੜਤਾਲ ਕਰ ਰਹੇ ਹਾਂ ਕਿ ਕਿੰਨਾ ਕੁ ਨੁਕਸਾਨ ਹੋਇਆ, ਉਸ ਤੋਂ ਬਾਅਦ ਹੀ ਜਿਹੜਾ ਹੈਗਾ ਕਲੇਮ ਕਰਾਂਗੇ, ਅਤੇ ਮਾਲਕ ਦਾ ਵੀ ਕਹਿਣਾ ਕਿ ਸੜ ਕੇ ਸਾਰਾ ਦੇ ਸਾਰਾ ਜਿਹੜਾ ਕਿ ਕਰੋੜਾਂ ਦਾ ਜਿਹੜਾ ਸਮਾਨ ਸੀ ਉਹ ਸੜ ਕੇ ਸਵਾਹ ਹੋ ਚੁੱਕਿਆ ਸਾਡਾ, ਅਤੇ ਨੁਕਸਾਨ ਕਾਫੀ ਜ਼ਿਆਦਾ ਹੋਇਆ, ਅਤੇ ਫਾਇਰ ਬ੍ਰਿਗੇਡ ਦੀਆਂ ਲਗਾਤਾਰ ਹੀ ਗੱਡੀਆਂ ਜਿਹੜੀਆਂ ਇੱਥੇ ਪਹੁੰਚ ਰਹੀਆਂ ਨੇ ਕਿਉਂਕਿ ਰਾਤ 1:30 ਵਜੇ ਦੀ ਘਟਨਾ ਹੈ। 1:30 ਵਜੇ ਤੋਂ ਬਾਅਦ ਜਿਹੜਾ ਹੈਗਾ ਅੱਗ ਲੱਗੀ, ਅਤੇ ਉਸ ਤੋਂ ਬਾਅਦ ਲਗਾਤਾਰ ਹੀ ਜਿਹੜੀ ਫਾਇਰ ਬ੍ਰਿਗੇਡ ਦੇ ਮੌਕੇ 'ਤੇ ਗੱਡੀਆਂ ਪਹੁੰਚ ਗਈਆਂ, ਅਤੇ ਅੱਗ ਬੁਝਾਉਣ ਦੇ ਉੱਪਰ ਲੱਗੀਆਂ ਹੋਈਆਂ, ਅਤੇ ਹੁਣ ਤੱਕ ਜਿਹੜੀ ਹੈ ਅਜੇ ਅੱਗ 'ਤੇ ਕਾਬੂ ਜ਼ਰੂਰ ਪਾਇਆ, ਪਰ ਧੂੰਆਂ ਹਜੇ ਵੀ ਹੈ, ਕਿਤੇ ਨਾ ਕਿਤੇ ਥੋੜ੍ਹੀ ਥੋੜ੍ਹੀ ਜਿਹੜੀ ਅੱਗ ਹਜੇ ਲੱਗੀ ਹੋਈ ਹੈ, ਅਤੇ ਕਿੰਨਾ ਕੁ ਨੁਕਸਾਨ ਹੁੰਦਾ ਹਜੇ ਸ਼ੈੱਡ ਜਿਹੜਾ ਉਹ ਗਿਰ ਚੁੱਕਿਆ ਹੈ, ਅਤੇ ਉਸ ਤੋਂ ਬਾਅਦ ਕਰੇਨ ਜਿਹੜੀ ਲਿਆ ਕੇ ਸ਼ੈੱਡ ਨੂੰ ਹਟਾਇਆ ਜਾਏਗਾ। ਉਸ ਤੋਂ ਬਾਅਦ ਪਤਾ ਲੱਗਿਆ ਕਿੰਨੀ ਕੁ ਹੋਰ ਅੱਗ ਲੱਗੀ ਹੋਈ ਹੈ, ਅਤੇ ਫਾਇਰ ਬ੍ਰਿਗੇਡ ਦੇ ਲਗਾਤਾਰ ਜਿਹੜੀ ਕਰਮਚਾਰੀ ਨੇ ਉਹ ਅੱਗ ਬੁਝਾਉਣ ਦੇ ਉੱਪਰ ਲੱਗੇ ਹੋਏ ਨੇ। पटियाला तो कैमरामैन संदीप के नाल कुलविंदर कुमार। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।